ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਸਾਬਕਾ ਕਾਂਗਰਸੀ ਮੰਤਰੀ ਵਿਜੇਂਦਰ ਸਿੰਘਲਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਵਿਜੀਲੈਂਸ ਨੇ ਛਾਪਾ ਮਾਰਿਆ ਉਹਨਾਂ ਦੇ ਦੋ ਘਰਾਂ ਦੇ ਵਿੱਚ ਜਿਹੜੇ ਕਿ ਪਟਿਆਲਾ ਤੇ ਸੰਗਰੂਰ ਦੇ ਵਿੱਚ ਸਥਿਤ ਨੇ ਤੇ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਇਹ ਰੇਡ ਕੀਤੀ ਗਈ ਹੈ ਇਸ ਦੌਰਾਨ ਕਿਸੇ ਵੀ ਵਿਅਕਤੀ ਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਨਾ ਹੀ ਕਿਸੇ ਨੂੰ ਘਰ ਦੇ ਬਾਹਰ ਜਿਹੜਾ ਹੈ ਨਿਕਲਣ ਦਿੱਤਾ ਜਾ ਰਿਹਾ ਤੇ ਵਿਜੀਲੈਂਸ ਵੱਲੋਂ ਜਾਂਚ ਪੜਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਜਾਂਚ ਚੱਲ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਵਿਜੇਂਦਰ ਸਿੰਘਲਾ ਇਸ ਵੇਲੇ ਦੇਸ਼ ਵਿੱਚ ਮੌਜੂਦ ਨਹੀਂ ਤੇ ਉਹ ਵਿਦੇਸ਼ ਗਏ ਹੋਏ ਨੇ ਤੇ ਉਸ ਤੋਂ ਪਿੱਛੋਂ ਉਹਨਾਂ ਤੋਂ ਪਿੱਛੋਂ ਇਹ ਰੇਡ ਕੀਤੀ ਗਈ ਹੈ ਪਟਿਆਲਾ ਤੇ ਸੰਗਰੂਰ ਦੇ ਵਿੱਚ ਸਥਿਤ ਉਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਤੇ ਜਾਂਚ ਚੱਲ ਰਹੀ ਹੈ ਹਾਲਾਂਕਿ ਅਜੇ ਕੀ ਕੁਝ ਬਰੰਬਦ ਹੋਇਆ ਇਸ ਬਾਰੇ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਪਰ ਜਾਂਚ ਜਿਹੜੀ ਹੈ ਜਾਰੀ ਹੈ ਤੇ ਆਮਦਨ ਤੋਂ ਵੱਧ ਜ਼ਾਇਦਾਦ ਮਾਮਲੇ ਦੇ ਵਿੱਚ ਇਹ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਤੋਂ ਵਿਜੀਲੈਂਸ ਦੀ ਜਿਹੜੀ ਹੈ ਟੀਮ ਹੈ ਉਹ ਪਟਿਆਲਾ ਪੁੱਜੀ ਹੈ ਤੇ ਉਸ ਵੱਲੋਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਘਰ ਦੇ ਅੰਦਰ ਵਿਜੀਲੈਂਸ ਟੀਮ ਜਿਹੜੀ ਹੈ ਜਾਂਦੀ ਹੋਈ ਦਿਖਾਈ ਦੇ ਰਹੀ ਹੈ ਤੇ ਘਰ ਦੇ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਤੇ ਲਗਾਤਾਰ ਜਿਹੜੀ ਹੈ ਵਿਜੀਲੈਂਸ ਦੀ ਟੀਮ ਵੱਲੋਂ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਹਾਲਾਂਕਿ ਇਸ ਦੌਰਾਨ ਕਿਸੇ ਵੀ ਵਿਅਕਤੀ ਨੂੰ ਘਰ ਦੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤੇ ਨਾ ਹੀ ਕਿਸੇ ਨੂੰ ਘਰ ਦੇ ਅੰਦਰੋਂ ਬਾਹਰ ਨਿਕਲਣ ਦੀ ਆਗਿਆ ਦਿੱਤੀ ਗਈ ਹੈ ਤੇ ਲਗਾਤਾਰ ਜਾਂਚ ਜਿਹੜੀ ਹੈ ਚੱਲ ਰਹੀ ਹੈ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਸੰਗਰੂਰ ਦਫ਼ਤਰ ਵਿੱਚ ਵੀ ਤਲਬ ਕੀਤਾ ਗਿਆ ਸੀ ਵਿਜੇਂਦਰ ਸਿੰਘਲਾ ਨੂੰ ਵਿਜੀਲੈਂਸ ਵੱਲੋਂ ਤੇ ਉਹਨਾਂ ਕੋਲੋਂ ਪੁੱਛ ਪੜਤਾਲ ਉੱਥੇ ਵੀ ਕੀਤੀ ਗਈ ਸੀ ਤੇ ਅੱਜ ਵਿਜੇਂਦਰ ਸਿੰਘਲਾ ਦੇਸ਼ ਵਿੱਚ ਮੌਜੂਦ ਨਹੀਂ ਉਹ ਵਿਦੇਸ਼ ਵਿੱਚ ਗਏ ਹੋਏ ਨੇ ਤੇ ਪਿੱਛੋਂ ਉਹਨਾਂ ਦੇ ਦੋ ਘਰਾਂ ਦੇ ਵਿੱਚ ਜਿਹੜੇ ਕਿ ਸੰਗਰੂਰ ਤੇ ਪਟਿਆਲਾ ਦੇ ਵਿੱਚ ਸਥਿਤ ਹੈ ਉੱਥੇ ਜਾਂਚ ਚੱਲ ਰਹੀ ਹੈ ਵਿਜੀਲੈਂਸ ਦੀਆਂ ਟੀਮਾਂ ਪੁੱਜੀਆਂ ਹੋਈਆਂ ਨੇ ਚੰਡੀਗੜ੍ਹ ਤੋਂ ਜਿਹੜੀ ਟੀਮ ਇੱਕ ਪਟਿਆਲਾ ਦੇ ਵਿੱਚ ਉਹਨਾਂ ਦੇ ਘਰ ਜੱਦੀ ਘਰ ਜਿੱਥੇ ਹੈਗਾ ਆ ਉੱਥੇ ਪੁੱਜੀ ਹੋਈ ਹੈ ਤੇ ਉਸ ਵੱਲੋਂ ਛਾਣਬੀਣ ਜਿਹੜੀ ਹੈ ਕੀਤੀ ਜਾ ਰਹੀ ਹੈ ਉਤੋਂ ਕੀ ਕੁਝ ਬਰਾਮਦ ਹੋਇਆ ਅਜੇ ਇਸ ਬਾਰੇ ਕੋਈ ਵੀ ਜਾਣਕਾਰੀ ਜਿਹੜੀ ਆ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਹਾਲਾਂਕਿ ਅਜੇ ਜਾਂਚ ਜਾਰੀ ਹੈ ਤੇ ਲਗਾਤਾਰ ਪੁੱਛ ਪੜਤਾਲ ਜਿਹੜੀ ਹੈ ਕੀਤੀ ਜਾ ਰਹੀ ਹੈ ਤੇ ਜੇ ਕੁਝ ਵੀ ਬਰਾਮਦ ਹੋਵੇਗਾ ਉਸ ਬਾਰੇ ਬਾਅਦ ਦੇ ਵਿੱਚ ਖੁਲਾਸਾ ਹੋਵੇਗਾ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਦੇ ਸਾਬਕਾ ਮੰਤਰੀਆਂ ਦੇ ਖਿਲਾਫ ਵਿਜੀਲੈਂਸ ਜਾਂਚ ਦਾ ਜਿਹੜਾ ਸਿਲਸਿਲਾ ਲਗਾਤਾਰ ਬਰਕਰਾਰ ਹੈ ਇਸੇ ਕੜੀ ਤਹਿਤ ਅੱਜ ਸਾਬਕਾ ਮੰਤਰੀ ਵਿਜੇਂਦਰ ਸਿੰਘਲਾ ਦੇ ਘਰ ਜੋ ਪਟਿਆਲਾ 'ਚ ਉਹਨਾਂ ਦੇ ਜੱਦੀ ਘਰ ਹੈ ਉੱਥੇ ਵੀ ਚੰਡੀਗੜ੍ਹ ਤੋਂ ਵਿਜੀਲੈਂਸ ਟੀਮ ਨੇ ਅੱਜ ਦਸਤਕ ਦਿੱਤੀ ਹੈ ਦੋ ਡੀਐਸਪੀ ਸਮੇਤ ਪੁਲਿਸ ਪਾਰਟੀ ਨੇ ਘਰ ਦੀ ਜਿੱਥੇ ਪਮਾਸ਼ ਕੀਤੀ ਉੱਥੇ ਆਮਦਨ ਤੋਂ ਵੱਧ ਸਰੋਤਾਂ ਨੂੰ ਲੈ ਕੇ ਜਿਹੜੀ ਆ ਜਾਂਚ ਕੀਤੀ ਜਾ ਰਹੀ ਹੈ ਪਿਛਲੇ ਕੁਝ ਸਮੇਂ ਤੋਂ ਵਿਜੇਂਦਰ ਸਿੰਘਲਾ ਉਤੇ ਵਿਜੀਲੈਂਸ ਦੀ ਤਲਵਾਰ ਲਟਕ ਰਹੀ ਹੈ ਅਤੇ ਅੱਜ ਵਿਜੀਲੈਂਸ ਨੇ ਆਮਦਨ ਤੋਂ ਜ਼ਿਆਦਾ ਸਰੋਤਾਂ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਵਿਜੀਲੈਂਸ ਦੀ ਟੀਮ ਦਾ ਕੋਈ ਵੀ ਅਧਿਕਾਰੀ ਇਸ ਸੰਬੰਧ ਵਿੱਚ ਫਿਲਹਾਲ ਕੋਈ ਬੋਲਣ ਨੂੰ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਤੇ ਉਹਨਾਂ ਵੱਲੋਂ ਸਿਰਫ ਜਾਂਚ ਕੀਤੀ ਜਾ ਰਹੀ ਹੈ ਇਸ ਦਾ ਖੁਲਾਸਾ ਬਾਅਦ ਦੇ ਵਿੱਚ ਹੋਵੇਗਾ ਕਿ ਕੀ ਕੁਝ ਇਹਨਾਂ ਘਰਾਂ ਦੇ ਵਿੱਚ ਬਰਾਮਦ ਹੋਇਆ ਜਾਂ ਨਹੀਂ ਇਸ ਬਾਰੇ ਬਾਅਦ ਦੇ ਵਿੱਚ ਵਿਜੀਲੈਂਸ ਵੱਲੋਂ ਜਿਹੜੀ ਹੈ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਉਸ ਤੋਂ ਹੀ ਖੁਲਾਸਾ ਹੋਵੇਗਾ ਤੇ ਹੁਣ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਤੇ ਲਗਾਤਾਰ ਪਟਿਆਲਾ ਦੇ ਵਿੱਚ ਤੁਸੀਂ ਪਟਿਆਲਾ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿ ਵਿਜੀਲੈਂਸ ਦੇ ਅਧਿਕਾਰੀ ਜਿਹੜੇ ਨੇ ਪਹੁੰਚੇ ਹੋਏ ਨੇ ਤੇ ਉਹਨਾਂ ਵੱਲੋਂ ਕਈ ਘੰਟੇ ਤੋਂ ਜਿਹੜੀ ਹੈ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਮੰਨੇ ਜਾਂਦੇ ਨੇ ਵਿਜੇਂਦਰ ਸਿੰਘਲਾ ਤੇ ਸਿੱਖਿਆ ਮੰਤਰੀ ਹੁੰਦੇ ਆ ਜਿਹੜੀ ਇੱਕ ਟੈਂਡਰ ਜਿਹੜੇ ਹੋਏ ਸੀ ਉਹਨਾਂ ਦੇ ਵਿੱਚ ਕੋਟਾਲੇ ਦੇ ਮਾਮਲੇ ਦੇ ਵਿੱਚ ਵੀ ਕੋਟਾਲੇ ਦੇ ਦੋਸ਼ ਉਹਨਾਂ ਤੇ ਲੱਗੇ ਸੀ ਤੇ ਉਸ ਤੋਂ ਬਾਅਦ ਹੁਣ ਆਮਦਨ ਤੋਂ ਵੱਧ ਜੈਰਾਦ ਜਿਹੜੀ ਹੈ ਮਾਮਲੇ ਦੇ ਵਿੱਚ ਵੀ ਹੋ ਘਿਰੇ ਹੋਏ ਨੇ ਵਿਜੀਲੈਂਸ ਵੱਲੋਂ ਲਗਾਤਾਰ ਉਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤੋਂ ਪਹਿਲਾਂ ਕਈ ਹੋਰ ਜਿਹੜੇ ਸਾਬਕਾ ਕਾਂਗਰਸੀ ਮੰਤਰੀ ਨੇ ਉਹ ਵੀ ਜਿਹੜੇ ਨੇ ਜਾਂਚ ਦੇ ਘੇਰੇ ਵਿੱਚ ਨੇ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਚੱਲ ਰਹੀ ਹੈ ਇਸ ਤੋਂ ਇਲਾਵਾ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਚ ਵਿਜੇਂਦਰ ਸਿੰਘਲਾ ਦੇ ਘਰ ਵਿੱਚ ਜਿੱਥੇ ਕਿ ਵਿਜੀਲੈਂਸ ਵੱਲੋਂ ਛਾਪਾ ਮਾਰਿਆ ਗਿਆ ਉਸੇ ਦੌਰਾਨ ਵਿਜੇਂਦਰ ਸਿੰਘਲਾ ਦੇ ਦੋਸਤ ਹਰਪਾਲ ਸਿੰਘ ਜਿਹੜੇ ਕਿ ਵਿਜੇਂਦਰ ਸਿੰਘਲਾ ਦੀ ਮਾਤਾ ਨੂੰ ਮਿਲਣ ਲਈ ਉੱਥੇ ਪਹੁੰਚੇ ਸੀ ਤਾਂ ਜਿਵੇਂ ਹੀ ਉਹ ਘਰ ਪਹੁੰਚਦੇ ਨੇ ਤੇ ਉਹਨਾਂ ਨੂੰ ਘਰ ਦੇ ਬਾਹਰ ਹੀ ਰੋਕ ਦਿੱਤਾ ਜਾਂਦਾ ਹੈ ਅੰਦਰ ਨਹੀਂ ਜਾਣ ਦਿੱਤਾ ਜਾਂਦਾ ਅਤੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਕੀ ਕੁਝ ਅੰਦਰ ਘਰ ਦੇ ਚੱ ਰਿਹਾ ਹੈ ਤੇ ਉਸ ਤੋਂ ਬਾਅਦ ਕੁਝ ਦੇਰ ਬਾਅਦ ਹਰਪਾਲ ਸਿੰਘ ਨੂੰ ਪਤਾ ਲੱਗਦਾ ਹੈ ਕਿ ਵਿਜੀਲੈਂਸ ਦੀ ਟੀਮ ਜਿਹੜੀ ਹੈ ਅੰਦਰ ਪੁੱਜੀ ਹੋਈ ਹੈ ਤੇ ਉਸ ਤੋਂ ਬਦਲੋਂ ਜਾਂਚ ਕੀਤੀ ਜਾ ਰਹੀ ਹੈ ਵਿਜੀਲੈਂਸ ਦੇ ਇਸ ਜਾਂਚ ਬਾਰੇ ਹਰਪਾਲ ਸਿੰਘ ਦਾ ਕੀ ਕਹਿਣਾ ਹੈ ਆਓ ਸੁਣ ਲੈਨੇ ਆ ਹਰਪਾਲ ਸਿੰਘ ਹਰਪਾਲ ਸਿੰਘ ਜੀ ਅੱਜ ਅਸੀਂ ਅੱਜ ਆਈ ਸੀ ਕੀ ਹਾਂ ਮੈਂ ਮਿਲਣ ਆਇਆ ਸੀਗਾ ਫੈਮਿਲੀ ਨੂੰ ਮਿਲਣ ਆਇਆ ਸੀਗਾ ਮੈਂ ਆਂਟੀ ਨੂੰ ਪਤਾ ਹਾਲ ਚਾਲ ਪੁੱਛਣ ਆਇਆ ਸੀ ਵਿਜੇਂਦਰ ਸਿੰਘ ਰਾਜੀ ਜੀ ਜੀ ਅੰਦਰ ਜਾਂ ਦਿੱਤਾ ਨਹੀਂ ਮੈਨੂੰ ਗੇਟ ਤੇ ਹੀ ਰੋਕਤਾ ਕਿਉਂ ਰੋਕਤਾ ਹੈ ਬਈ ਪਤਾ ਨਹੀਂ ਮੈਂ ਤਾਂ ਆਵ ਹੈਰਾਨ ਹੋਇਆ ਸ਼ੌਕਡ ਹੋਇਆ ਵੀ ਇੱਕਦਮ ਕਿਉਂ ਕਹਿੰਦੇ ਅੰਦਰ ਹੈ ਨਹੀਂ ਤੇ ਫਿਰ ਮੈਨੂੰ ਬਾਅਦ ਚ ਪਤਾ ਲੱਗਾ ਇੱਥੇ ਵੀ ਐਦਾਂ ਕਰਕੇ ਕੋਈ ਵਿਜੀਲੈਂਸ ਦੀ ਟੀਮ ਆਈ ਹੈ ਦੇ ਅੰਦਰ ਹੋ ਗਈ ਹੋਈ ਐ ਸੋ ਕਿਸ ਤਰ੍ਹਾਂ ਦੇਖਦੇ ਹਾਂ ਵਿਲਨ ਦੀ ਜਿਹੜੀ ਕਾਰਵਾਈ ਦੇਖੋ ਕਾਰਵਾਈ ਦੇਖੋ ਜੈਨੂਨ ਹੋਣਾ ਚਾਹੀਦਾ ਹੁਣ ਇਹ ਤਾਂ ਪੁਰਾਣਾ ਘਰ ਹੈ 100 ਸਾਲ ਪੁਰਾਣਾ ਘਰ ਹੈ ਆਪਾਂ ਪ੍ਰੈਸ਼ਰਾਈਜ਼ ਕਰਨ ਵਾਸਤੇ ਕਿਸੇ ਚੀਜ਼ ਨੂੰ ਐਦਾਂ ਦਾ ਕੰਮ ਕਰੀਏ ਉਹ ਕੋਈ ਠੀਕ ਗੱਲ ਨਹੀਂ ਹੈਗੀ ਤੇ ਜੋ ਡਿਵੈਲਪਮੈਂਟ ਕੀਤੀ ਹੈ ਸੰਗਰੂਰ ਦੀ ਜੋ ਐਡਾ ਬੜਾ ਕੈਂਸਰ ਦਾ ਹਸਪੀਟਲ ਲੈ ਕੇ ਆਏ ਨੇ ਇਹਨਾਂ ਸਾਰੇ ਚੀਜ਼ਾਂ ਦੀ ਜੋ ਡਿਵੈਲਪਮੈਂਟ ਕੀਤੀ ਹੈ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਇੱਕ ਪੜੇ ਲਿਖੇ ਨੌਜਵਾਨ ਲੀਡਰ ਹੈ ਕਿਸੇ ਉਹਦੇ ਵਿੱਚ ਲੈ ਕੇ ਲੈ ਕੇ ਆਣਾ ਪੋਲਿਟੀਕਲ ਐਂਗਲ ਦੇ ਨਾਲ ਲੈ ਕੇ ਆਣਾ ਕੋਈ ਬਾਲੀ ਵਧੀਆ ਗੱਲ ਨਹੀਂ ਹੈ ਜੀ ਕਿੰਨੇ ਕਿੰਨੇ ਬੰਦੇ ਨਹੀਂ ਮੈਨੂੰ ਪਤਾ ਨਹੀਂ ਕਿੰਨੇ ਬੰਦੇ ਆ ਮੈਂ ਥੋੜਾ ਬਾਅਦ ਚ ਆਇਆ ਹਾਂ ਹਾਂ ਜੀ ਸੋ ਹੁਣ ਕਿਸ ਤਰ੍ਹਾਂ ਦੇਖਦੇ ਹੋ ਇਸ ਪੂਰੇ ਕਿੰਨਾ ਪਰਮਿੰਦਰ ਅੰਦਰ ਨਹੀਂ ਜਾਣ ਦਿੱਤਾ ਨਹੀਂ ਜਾਨ ਦੇਣਾ ਚਾਹੀਦਾ ਸੀ ਹਾਲਚਾਲ ਫੈਮਿਲੀ ਦਾ ਪੁੱਛ ਲੈਣਾ ਚਾਹੀਦਾ ਸੀ ਜੋ ਆਪਣਾ ਕੰਮ ਕਰ ਰਹੇ ਵਿਜੀਲੈਂਸ ਜੋ ਆਪਣਾ ਕਰਨਾ ਹੈ ਉਸ ਐਂਗਲ ਨਾਲ ਕਰਨਾ ਹੀ ਹੈ ਜੋ ਕਰਨਾ ਹੈ ਪਰ ਸਾਡੀ ਇਹ ਸੋਚ ਹੈ ਵੀ ਜੈਨੂਇਨ ਕਰਨ ਜੋ ਵੀ ਹੋਣਾ ਵਿਜਿੰਦਰ ਸਿੰਘਲਾ ਜੂਰੇ ਨਹੀਂ ਆਉਂਦਾ ਮੇਰਾ ਖਿਆਲ ਹੈ ਨੀਅਤਾਂ ਨਹੀਂ ਹੈਗੇ ਮੇਰੇ ਕਿਤੇ ਕੋਈ ਮਹੀਨਾ ਪਹਿਲਾਂ ਗੱਲ ਹੋਈ ਹੈ ਉਹ ਰਹਿ ਨਹੀਂ ਹਾਂ ਤੁਹਾਨੂੰ ਨਹੀਂ ਤੁਮੇ ਟੱਚ ਜੀ ਨਹੀਂ ਹੈਗਾ ਮੇਰਾ ਕਾਲ ਲੱਗਦਾ ਵੀ ਹੈ ਨਹੀਂ ਕਿਰਪਾਲ ਸਿੰਘ